യേശുവേ, അവസി പ്രാർത്ഥന കരിയേ. ਪਿਆਰੇ ਪ੍ਰਭ ਜੀ, ਅਸੀਂ ਜੋ ਸਾਡਾ ਵਿਸ਼ਵਾਸ ਹੈ ਰਸੂਲਾਂ ਦੇ ਰਾਹੀਂ ਜੋ ਸਾਡੇ 'ਤੇ ਪ੍ਰਗਟ ਕੀਤਾ ਹੈ ਅਤੇ ਕਲੀਸੀਆ ਦੇ ਰਾਹੀਂ ਸਾਡੇ ਤੱਕ ਪਹੁੰਚਾਇਆ ਹੈ, ਇਹਨਾਂ ਦੇ ਉੱਤੇ ਵਿਚਾਰ ਕਰ ਰਹੇ ਹਾਂ. ਜੋ ਕੁਛ ਵਿਸ਼ਵਾਸ ਕਰਨ ਦੇ ਲਈ ਪ੍ਰਭ ਜੀ ਤੂੰ ਸਾਡੇ 'ਤੇ ਪ੍ਰਗਟ ਕੀਤਾ ਹੈ, ਉਸਨੂੰ ਠੀਕ ਤਰੀਕੇ ਦੇ ਨਾਲ ਸਮਝ ਕੇ ਵਿਸ਼ਵਾਸ ਕਰਕੇ ਜੋ ਕਲੀਸੀਆ ਤੇਰੇ ਦੁਲਹਨ ਹੈ ਅਤੇ ਸਰੀਰ ਹੈ, ਉਸ ਦੇ ਨਾਲ ਜੁੜੇ ਰਹਿੰਦੇ ਹੋਏ ਕਿਸ ਤਰ੍ਹਾਂ ਅਸੀਂ ਤੇਰੀ ਆਰਾਧਨਾ ਅਤੇ ਮਹਿਮਾ ਕਰੀਏ, ਅਤੇ ਕਿਵੇਂ ਅਸੀਂ ਮਸੀਹ ਦੇ ਸਰੀਰ ਦੇ ਅੰਗ ਬਣ ਕੇ ਸੰਪੂਰਨ ਤੌਰ 'ਤੇ ਜ਼ਿੰਦਗੀ ਬਿਤਾ ਸਕਦਾ ਹੈ. ਇਸੇ ਦੇ ਲਈ ਪਿਆਰੇ ਖੁਦਾ, ਸਾਨੂੰ ਆਪਣੀ ਰੋਸ਼ਨੀ ਪ੍ਰਦਾਨ ਕਰ, ਪਵਿੱਤਰ ਆਤਮਾ ਦੇ ਨਾਲ ਭਰਪੂਰ ਕਰ ਦੇ ਮੈਨੂੰ ਅਤੇ ਸੁਣਨ ਵਾਲੇ ਸਭ ਨੂੰ, ਆਪਣੇ ਫਸਲ ਅਤੇ ਆਪਣੀ ਰੋਸ਼ਨੀ ਪ੍ਰਦਾਨ ਕਰ, ਤਾਂ ਕਿ ਅਸੀਂ ਇਹਨਾਂ ਗੱਲਾਂ ਉੱਤੇ ਠੀਕ ਤਰੀਕੇ ਨਾਲ ਵਿਚਾਰ ਕਰੀਏ ਅਤੇ ਇਸ ਦੀ ਪੂਰੀ ਲਾਭ ਉਠਾ ਸਕੀਏ. ਅਸੀਂ ਇਹ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਪਿਆਰੇ ਨਾਮ ਦੇ ਵਿੱਚ, ਆਮੇਨ. ਪਿਆਰਿਓ, ਅਸੀਂ ਵਿਚਾਰ ਕਰ ਰਿਹਾ ਸੀ ਪ੍ਰਭੂ ਯਿਸੂ ਮਸੀਹ ਦੀ ਜੋ ਆਤਮ ਸਮਰਪਣ ਹੈ, ਯਿਸੂ ਮਸੀਹ ਦੀ ਕੁਰਬਾਨੀ ਜੋ ਉਸਨੇ ਆਪਣੀ ਆਜ਼ਾਦ ਮਰਜ਼ੀ ਦੇ ਨਾਲ, ਖੁਦਾ ਬਾਪ ਦੀ ਮਰਜ਼ੀ ਦੇ ਨਾਲ ਜੋੜ ਕੇ ਸਮਰਪਣ ਕੀਤਾ ਮਾਨਵ ਜਾਤੀ ਦੀ ਪਾਪਾਂ ਦੀ ਕੁਫਾਰੇ ਵਜੋਂ, ਤਾਂ ਕਿ ਮਨੁੱਖ ਜਾਤੀ ਦੇ ਖੁਦਾ ਦੇ ਨਾਲ ਫਿਰ ਮੇਲ ਹੋ ਜਾਵੇ, ਜੋ ਪਾਪ ਦੇ ਰਾਹੀ, ਆਦਿ ਪਾਪ ਦੇ ਰਾਹੀ ਇਨਸਾਨ ਨੇ ਗਵਾਇਆ ਸੀ. ਪ੍ਰਭੂ ਯਿਸੂ ਮਸੀਹ ਹੀ ਉਹ ਲੇਲਾ ਹੈ ਜੋ ਦੁਨੀਆ ਦੇ ਪਾਪ ਚੁੱਕ ਲੈ ਜਾਂਦਾ ਹੈ, ਅਤੇ ਉਸਨੇ ਆਪਣੇ ਆਪ ਨੂੰ ਇਸੀ ਦੇ ਲਈ ਸਮਰਪਣ ਕੀਤਾ. ਪ੍ਰਭੂ ਯਿਸੂ ਨੇ ਇਹ ਵੀ ਬਤਾਇਆ ਕਿ ਕੋਈ ਮੇਰੇ ਜਾਨ ਲੈ ਨਹੀਂ ਰਿਹਾ ਹੈ, ਮੈਂ ਆਪਣੀ ਮਰਜ਼ੀ ਦੇ ਨਾਲ ਇਸ ਨੂੰ ਸਮਰਪਣ ਕਰ ਰਿਹਾ. ਅਸੀਂ ਵਿਸ਼ੇਸ਼ ਕਰਕੇ ਸੰਧੀ ਯੋਹੰਨਾ ਦੇ ਅੰਜੀਲ ਦੇ ਵਿੱਚ 16:17 ਦੇ ਵਿੱਚ ਇਸ ਦੇ ਬਾਰੇ ਸੁਣੇਗਾ ਕਿ ਕਿਵੇਂ ਪ੍ਰਭੂ ਯਿਸੂ ਬੋਲਦਾ ਹੈ, ਮੈਂ ਇਨਾਮ ਦੇ ਲਈ ਆਪਣੇ ਆਪ ਨੂੰ ਸਮਰਪਣ ਕਰ ਰਿਹਾ ਹਾਂ. ਆਈ ਕੌਨਸਕ੍ਰੇਟ ਮਾਈਸੈਲਫ ਕਾ ਤਰਜਮਾ ਜੋ ਹੈ, ਮੈਂ ਆਪਣੇ ਆਪ ਨੂੰ ਸਮਰਪਣ ਕਰਦੇ ਹਾਂ, ਜਾਂ ਮੈਂ ਆਪਣੇ ਆਪ ਨੂੰ ਪਵਿੱਤਰ ਬਣਾ ਰਿਹਾ ਹਾਂ. ਅਤੇ ਪਵਿੱਤਰ ਦੇ ਨਾਲ ਆਪਣੇ ਆਪ ਨੂੰ ਆਤਮ ਸਮਰਪਣ ਕਰ ਰਿਹਾ ਹਾਂ, ਦੂਸਰੋਂ ਕੋ ਬਚਾਉਣ ਕੇ ਲਈ, ਇਹਨਾਂ ਨੂੰ ਸਵੀਕਾਰਯੋਗ ਬਣਾਉਣ ਦੇ ਲਈ ਮੈਂ ਆਪਣੇ ਆਪ ਨੂੰ ਸਮਰਪਣ ਕਰ ਰਿਹਾ. ਯਾਨੀ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਸਾਨੂੰ ਬਚਾਉਣ ਲਈ, ਕਿਉਂਕਿ ਪ੍ਰਭੂ ਯਿਸੂ ਬੇਗੁਨਾਹ ਹੀ ਲੇਲਾ ਹੈ, ਜੋ ਪੁਰਾਣੇ ਸਮੇਂ ਤੋਂ ਲੈ ਕੇ ਚਿੰਨ੍ਹ ਦੇ ਤੌਰ 'ਤੇ ਇਸਰਾਇਲੀ ਲੋਕਾਂ ਨੇ ਬਲੀ ਚੜਾਇਆ ਆ ਰਿਹਾ ਹੈ, ਉਹ ਬਲੀ ਦੀ ਇਹ ਨਵੇਂ ਨੇਮ ਦੀ ਕੁਰਬਾਨੀ ਅਤੇ ਨਵੇਂ ਨੇਮ ਦੀ ਲਹੂ, ਇਸ ਦੇ ਤੌਰ 'ਤੇ ਪ੍ਰਭੂ ਯਿਸੂ ਆਪਣੇ ਆਪ ਨੂੰ ਆਤਮ ਸਮਰਪਣ ਕਰਨਗੇ.
ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਅਸੀਂ ਵੇਖਦੇ ਹਾਂ ਪਾਕ ਸ਼ੁੱਕਰਵਾਰ ਨੂੰ ਹੁੰਦਾ ਹੈ ਕਾਲਵਰੀ ਪਹਾੜ ਉੱਤੇ ਪ੍ਰਭੂ ਯਿਸੂ ਮਸੀਹ ਨੂੰ ਸੂਲੀ ਉੱਤੇ ਕੁਰਬਾਨ ਕਰ ਦਿੱਤਾ ਅਤੇ ਆਪਣੇ ਜਾਨ ਪ੍ਰਭੂ ਪਿਤਾ ਦੇ ਅੱਗੇ ਸਮਰਪਣ ਕਰਦੇ ਹੋਏ ਪ੍ਰਭੂ ਇਹ ਪ੍ਰਾਰਥਨਾ ਕਰਨਗੇ ਹੇ ਪਿਤਾ ਮੈਂ ਆਪਣੇ ਰੂਹ ਤੇਰੇ ਹੱਥਾਂ ਵਿੱਚ ਸੌਂਪਦੇ ਹਾਂ ਅਤੇ ਉਸਨੇ ਆਪਣੇ ਜਾਨ ਦੇ ਦਿੱਤਾ ਪਰ ਪ੍ਰਭੂ ਯਿਸੂ ਮਸੀਹ ਦੀ ਇਹ ਜੀਵਨ ਦੀ ਕੁਰਬਾਨੀ ਪ੍ਰਭੂ ਚਾਹਾ ਕਿ ਇਹ ਸਾਡੇ ਤੱਕ ਪਹੁੰਚੇ ਅਸੀਂ ਪਿੱਛੇ ਦੇਖਦਾ ਹੈ ਪ੍ਰਭੂ ਯਿਸੂ ਆਪਣੇ ਚੇਲਿਆਂ ਨੂੰ ਵਿਸਥਾਰ ਦੇ ਨਾਲ ਸਿੱਖਿਆ ਦੇਵੇਗਾ ਕਿ ਉਹ ਸਵਰਗ ਤੋਂ ਉਤਰੀਆ ਜੀਵਨ ਦੀ ਰੋਟੀ ਹੈ ਪ੍ਰਭੂ ਯਿਸੂ ਨੇ ਕਿਹਾ ਮੈਂ ਹਾਂ ਉਹ ਰੋਟੀ ਜੋ ਸਵਰਗ ਤੋਂ ਉਤਰਿਆ ਇਸੇ ਦੇ ਨਾਲ ਪ੍ਰਭੂ ਯਿਸੂ ਨੇ ਅੱਗੇ ਕਿਹਾ ਕਿ ਜੋ ਰੋਟੀ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰਾ ਆਪਣਾ ਮਾਸ ਹੈ ਮੇਰਾ ਆਪਣਾ ਬਦਨ ਹੈ ਪ੍ਰਭੂ ਯਿਸੂ ਮਸੀਹ ਆਪਣਾ ਬਦਨ ਇਹ ਕਿਵੇਂ ਦੇ ਸਕਦਾ ਹੈ ਇਸ ਦੇ ਬਾਰੇ ਲੋਕ ਚਰਚਾ ਕਰਨਗੇ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹੇਗਾ ਤੁਸੀਂ ਇਸ ਉੱਤੇ ਹੈਰਾਨ ਨਾ ਹੋਵੋ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇਕਰ ਤੁਸੀਂ ਮਨੁੱਖ ਦਾ ਪੁੱਤਰ ਦਾ ਮਾਸ ਨਹੀਂ ਖਾਓਗੇ ਉਸਦੇ ਖੂਨ ਨਹੀਂ ਪੀਓਗੇ ਤੁਹਾਡੇ ਵਿੱਚ ਜੀਵਨ ਨਹੀਂ ਹੋਵੇਗਾ ਜਿਵੇਂ ਮੈਂ ਪਿਤਾ ਦੇ ਕਾਰਨ ਜੀਉਂਦਾ ਹਾਂ ਉਸੇ ਤਰ੍ਹਾਂ ਮੇਰੇ ਕਾਰਨ ਤੁਸੀਂ ਜਿੰਦਾ ਰਹੋਗੇ ਯਾਨੀ ਜੋ ਪ੍ਰਭੂ ਯਿਸੂ ਦੇ ਮਾਸ ਅਤੇ ਖੂਨ ਦੇ ਵਿੱਚ ਸ਼ਰੀਕ ਹੁੰਦਾ ਹੈ ਉਹੀ ਉਸਦੇ ਕਾਰਨ ਜੀਵਿਤ ਰਹੇਗਾ ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਲਈ ਅਤੇ ਮੈਂ ਉਸਨੂੰ ਜ਼ਿੰਦਾ ਕਰਾਂਗਾ ਪ੍ਰਭੂ ਯਿਸੂ ਦਾ ਵਾਅਦਾ ਭਾਵੇਂ ਉਹ ਮਰ ਵੀ ਜਾਵੇ ਫਿਰ ਵੀ ਮੈਂ ਉਸਨੂੰ ਜ਼ਿੰਦਾ ਕਰੇਗਾ ਤਾਂ ਯਿਸੂ ਮਸੀਹ ਇਸ ਤਰੀਕੇ ਦੇ ਨਾਲ ਜੋ ਸਿੱਖਿਆਵਾਂ ਦਿੱਤਾ ਉਸ ਵੇਲੇ ਅਸੀਂ ਸੁਣਦੇ ਹਾਂ ਕਾਫੀ ਜੋ ਚੇਲੇ ਕੌਣ ਤਕਰੀਬਨ 20-25 ਹਜ਼ਾਰ ਦੇ ਲੋਕ ਜੋ 5 ਰੋਟੀ ਦੇ ਨਾਲ ਰੱਜ ਕੇ ਖਾਤਾ ਸੀ ਅਤੇ 12 ਟੋਕਰੇ ਭਰੇ ਰੋਟੀ ਉਹਨਾਂ ਨੇ ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕੀਤਾ ਸੀ 5 ਹਜ਼ਾਰ ਆਤਮੀ ਅਤੇ ਇਸ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਯਾਨੀ ਤਕਰੀਬਨ 20-25 ਹਜ਼ਾਰ ਦੀ ਲੋਕ 5 ਹਜ਼ਾਰ ਆਦਮੀ ਹੈ ਤਾਂ ਘੱਟ ਤੋਂ ਘੱਟ 5 ਹਜ਼ਾਰ ਔਰਤਾਂ ਵੀ ਹੋਣਗੇ ਜ਼ਿਆਦਾ ਵੀ ਹੋ ਸਕਦੇ ਹੈ ਅਤੇ ਬੱਚਿਆਂ ਵੀ ਹੋ ਸਕਦਾ ਹੈ 2-3, 4 ਜਾਂ 5 ਬੱਚੇ ਹਰ ਪਰਿਵਾਰ ਦੇ ਵਿੱਚ ਜਿੰਨੇ ਹੈ ਤਾਂ ਉਸ ਹਿਸਾਬ ਦੇ ਨਾਲ ਅਸੀਂ ਸੋਚ ਸਕਦੇ ਹਾਂ ਕਿ ਤਕਰੀਬਨ 20-25 ਹਜ਼ਾਰ ਦੇ ਲੋਕ 5 ਰੋਟੀ ਵਿੱਚੋਂ ਖਾਤਾ ਅਤੇ ਉਸਦੇ ਵਿੱਚੋਂ ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕੀਤਾ ਅਤੇ ਪ੍ਰਭੂ ਯਿਸੂ ਮਸੀਹ ਇਸ ਤੋਂ ਲੈ ਕੇ ਅੱਗੇ ਜੋ ਸਿੱਖਿਆ ਦੇਵੇਗਾ ਉਹ ਆਪਣੇ ਆਉਣ ਵਾਲੇ ਨਵੇਂ ਨੇਮ ਦੀ ਜੋ ਕੁਰਬਾਨੀ ਅਤੇ ਉਸ ਦੇ ਵਿੱਚੋਂ ਸ਼ਰੀਕ ਹੋਣ ਦਾ ਤਰੀਕਾ ਦੇ ਬਾਰੇ
ਆਉਣ ਵਾਲੀ ਕੁਰਬਾਨੀ, ਪੁਰਾਣੇ ਸਮੇਂ ਦੀ ਕੁਰਬਾਨੀ ਕਿਵੇਂ ਸੀ? ਪਸਾਹ ਦੀ ਤਿਉਹਾਰ ਸੀ। ਪਸਾਹ ਦੇ ਤਿਉਹਾਰ ਦੇ ਵਿੱਚ ਇੱਕ ਸਾਲ ਦੀ ਜੋ ਲੇਲਾ ਹੈ ਉਸਨੂੰ ਲੈ ਕੇ, ਉਸਨੂੰ ਕੁਰਬਾਨ ਕਰਕੇ, ਉਸਦੇ ਮਾਸ ਉਸਨੂੰ ਬਣਾ ਕੇ ਖਾ ਲੈਂਦਾ ਸੀ ਪਸਾਹ ਦੇ ਤਿਉਹਾਰ ਮਨਾਉਣ ਦੇ ਲਈ। ਅਤੇ ਉਸ ਦੇ ਨਾਲ ਜੁੜਿਆ ਹੋਇਆ ਹੈ ਜੋ ਪਾਪ ਚੁੱਕ ਕੇ ਲੈ ਜਾਣ ਵਾਲਾ ਲੇਲਾ, ਜੋ ਪਾਪਾਂ ਦੇ ਵਜੋਂ ਕੁਫਾਰੇ ਦੇ ਲਈ ਖੁਦਾ ਨੇ ਇਸਰਾਇਲੀਆਂ ਨੂੰ ਦਿੱਤਾ ਸੀ ਮੂਸਾ ਦੇ ਰਾਹੀਂ। ਅਤੇ ਜਿਹੜੇ ਲੇਲਾ ਜਿਸ ਉੱਤੇ ਇਸਰਾਇਲੀਆਂ ਦੀ ਪਾਪ ਉਤਾਰਨਾ ਹੈ, ਉਸਦੇ ਉੱਪਰ ਆਪਣੇ ਹੱਥ ਲਗਾ ਕੇ ਆਪਣੇ ਪਾਪ ਉਸਕੋ ਲਗਾਉਣਾ ਹੈ, ਅਤੇ ਫਿਰ ਉਸਕੋ ਮੌਤ ਕੇ ਲੀਏ ਉਜਾੜੀ ਜਗ੍ਹਾ ਦੇ ਵਿੱਚ ਛੱਡ ਦੇਣਾ ਸੀ। ਅਤੇ ਉਹ ਉੱਥੇ ਖਾਣਾ ਪੀਣਾ ਤੋਂ ਬਗੈਰ ਜਾਂ ਕਿਸੇ ਜਾਨਵਰ ਦੇ ਨਾਲ ਮਰ ਜਾਣੇਗਾ। ਇਹ ਪਾਪ ਚੁੱਕ ਕੇ ਲੈ ਜਾਣ ਵਾਲਾ ਲੇਲਾ, ਅਤੇ ਉਹ ਲੇਲਾ ਪਾਪ ਦੇ ਕਾਰਨ ਜਾ ਕੇ ਮਰ ਜਾਏਗਾ। ਪ੍ਰਭੂ ਯਿਸੂ ਮਸੀਹ ਨੂੰ ਦਿਖਾ ਕੇ ਯੂਹੰਨਾ ਬਪਤਿਸਮਾ ਦੇਣ ਵਾਲੇ ਆਪਣੇ ਚੇਲਿਆਂ ਨੂੰ ਕਿਹਾ, ਦੇਖੋ ਇਹ ਖੁਦਾ ਦਾ ਲੇਲਾ ਜੋ ਦੁਨੀਆ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ। ਇਸਰਾਇਲੀਆਂ ਦੇ ਵਿਅਕਤੀਗਤ ਤੌਰ 'ਤੇ ਪਾਪ ਨੂੰ ਚੁੱਕ ਕੇ ਲੈ ਜਾਣ ਵਾਲੇ ਲੇਲੇ ਦੇ ਬਾਰੇ ਪੁਰਾਣੇ ਸਮੇਂ ਵਿੱਚ ਹੈ, ਅਤੇ ਖੁਦਾ ਨੇ ਇੱਕ ਇਹੋ ਜਿਹਾ ਲੇਲਾ ਨੂੰ ਤਿਆਰ ਕੀਤਾ ਜੋ ਸਾਰੇ ਦੁਨੀਆ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ। ਤੋ ਇਹ ਉਸ ਦੇ ਲਈ ਮਰਨ ਲਈ ਭੇਜਦਾ ਹੈ। ਅਤੇ ਦੂਸਰਾ ਲੇਲਾ ਹੈ ਜੋ ਧੰਨਵਾਦ ਵਜੋਂ ਖੁਦਾ ਦੇ ਅੱਗੇ ਚੜ੍ਹਾਇਆ ਜਾਂਦਾ ਹੈ, ਬਲੀਵੇਦੀ ਅੱਗੇ ਚੜ੍ਹਾਇਆ ਜਾਂਦਾ ਹੈ, ਜਿਸ ਦੇ ਵਿੱਚੋਂ ਪੁਰੋਹਿਤ ਅਤੇ ਸਮਰਪਣ ਕਰਨ ਵਾਲੇ ਲੋਕ ਉਹ ਉਸ ਦੇ ਵਿੱਚੋਂ ਸ਼ਰੀਕ ਹੁੰਦਾ ਸੀ ਜਾਂ ਖਾਂਦਾ ਸੀ, ਭੋਜਨ ਕਰਦਾ ਸੀ। ਤੋ ਇਹਦੇ ਵਿੱਚ ਇਸ ਕੁਰਬਾਨੀ ਦੇ ਵਿੱਚ ਅਸਲ ਵਿੱਚ ਤਿੰਨ ਹਿੱਸਾ ਹੈ। ਇੱਕ ਹੈ ਜੋ ਖੁਦਾ ਦੇ ਅੱਗੇ ਬਲੀ ਚੜ੍ਹਾ ਕੇ ਉਸਨੂੰ ਅੱਗ ਦੇ ਵਿੱਚ ਭਸਮ ਕੀਤਾ ਜਾਂਦਾ ਹੈ। ਦੂਸਰਾ ਹਿੱਸਾ ਹੈ ਜੋ ਪੁਰੋਹਿਤ ਉਹ ਖਾਂਦਾ ਹੈ। ਤੀਸਰਾ ਹਿੱਸਾ ਹੈ ਜੋ ਬਲੀ ਚੜ੍ਹਾਉਣ ਵਾਲਿਆਂ ਨੂੰ ਵਾਪਸ ਦੇਵੇਗਾ ਅਤੇ ਉਹ ਜਾ ਕੇ ਉਸਨੂੰ ਬਣਾ ਕੇ ਖਾਵੇਗਾ। ਅਗਲੇ ਦਿਨ ਤੱਕ ਉਹ ਰੱਖੇਗਾ ਨਹੀਂ, ਉਸਨੂੰ ਖਾਏਗਾ। ਪਸਾਹ ਦੇ ਤਿਉਹਾਰ ਦੇ ਨਾਲ ਇਸੇ ਤਰ੍ਹਾਂ ਉਹ ਯਾਦਗਿਰੀ ਸੀ, ਮਿਸਰ ਦੀ ਗੁਲਾਮੀ ਵਿੱਚੋਂ ਬਾਹਰ ਨਿਕਲ ਕੇ ਉਹ ਆਜ਼ਾਦੀ ਕੀ ਤਰਫ ਜਾਂਦਾ ਹੈ। ਤੋ ਖੁਦਾ ਦੇ ਲੇਲਾ ਜੋ ਸੰਸਾਰ ਦੇ ਪਾਪ ਚੁੱਕ ਲੈ ਜਾਣ ਵਾਲਾ, ਉਹ ਲੇਲਾ ਜਦੋਂ ਮਰੇਗਾ ਅਤੇ ਉਸਦੇ ਯਾਦਗਿਰੀ ਵਿੱਚ ਜੋ ਲੇਲੇ ਨੂੰ ਕੁਰਬਾਨ ਕੀਤਾ ਜਾਂਦਾ ਹੈ, ਉਸਦੀ ਕੁਰਬਾਨੀ ਦੇ ਵਿੱਚ ਸ਼ਰੀਕ ਹੋਣਾ ਜ਼ਰੂਰੀ ਹੈ। ਤਦ ਹੀ ਇਹ ਕੁਰਬਾਨੀ ਸਾਡਾ ਬਣੇਗਾ। ਅਸੀਂ ਜੋ ਕੁਰਬਾਨੀ ਚੜਾਉਂਦਾ ਹੈ ਉਸ ਦੇ ਵਿੱਚ ਸਾਡੇ ਨਾਲ ਜੋ ਖੁਦਾ ਨੇ ਸਵੀਕਾਰ ਕੀਤਾ ਹੈ ਵਾਪਸ ਉਹ ਦਿੰਦਾ ਹੈ, ਉਸਨੂੰ ਭੋਜਨ ਕਰਕੇ ਉਸ ਪਸਾਹ ਦੇ ਤਿਉਹਾਰ ਯਾਦ ਕਰਦਾ ਹੈ। ਅਤੇ ਪ੍ਰਭੂ ਯਿਸੂ ਮਸੀਹ ਨੇ ਪੁਰਾਣੇ ਸਮੇਂ ਤੋਂ ਲੈ ਕੇ ਜੋ ਕੁਛ ਵੀ ਹੋਇਆ ਹੈ, ਖੁਦਾ ਦੇ ਵਚਨ ਸ਼ਬਦ ਜੋ ਦੇਥਾਰੀ ਹੋਇਆ, ਜਿਸ ਦੇ ਰਾਹੀਂ ਸਭ ਕੁਛ ਮੂਸਾ ਦੇ ਰਾਹੀਂ ਵੀ ਸਿਖਾਇਆ ਗਿਆ ਸੀ, ਪ੍ਰਭੂ ਨੇ ਜਿਸ ਤਰ੍ਹਾਂ ਕਿਹਾ ਕਿ ਮੈਂ ਸਭ ਕੁਛ ਨੂੰ ਸੰਪੂਰਨ ਕਰਨ ਦੇ ਲਈ ਆਇਆ ਹੈ, ਇਸੇ ਤਰ੍ਹਾਂ ਪ੍ਰਭੂ ਯਿਸੂ ਨੇ ਜੋ ਪੁਰਾਣੀਆਂ ਕੁਰਬਾਨੀਆਂ ਹੈ ਉਸਨੂੰ ਸੰਪੂਰਨ ਬਣਾਉਂਦੇ ਹੋਏ ਸਾਡੇ ਲਈ ਨਵੀਂ ਕੁਰਬਾਨੀ ਦਿੱਤਾ। ਇਹੀ ਕੁਰਬਾਨੀ ਹੈ ਪ੍ਰਭੂ ਯਿਸੂ ਮਸੀਹ
ਮਾਰੇ ਜਾਣ ਤੋਂ ਪਹਿਲਾਂ, ਯਾਨੀ ਸ਼ੁੱਕਰਵਾਰ ਦੇ ਦਿਨ ਪ੍ਰਭੂ ਯੇਸ਼ੂ ਮਸੀਹ ਦੀ ਕੁਰਬਾਨੀ ਕਾਲਵਰੀ ਪਹਾੜ ਉੱਤੇ ਜੋ ਖੂਨੀ ਤੌਰ 'ਤੇ ਹੋਇਆ ਹੈ, ਉਸ ਤੋਂ ਪਹਿਲਾਂ ਪਵਿੱਤਰ ਵੀਰਵਾਰ ਉਸ ਦਿਨ ਸ਼ਾਮ ਨੂੰ ਪਸਾਹ ਦੀ ਭੋਜ ਲਈ ਉਹ ਇਕੱਠੇ ਹੋਏ। ਪ੍ਰਭੂ ਯੇਸ਼ੂ ਨੇ ਆਪਣੇ ਚੇਲਿਆਂ ਨੂੰ ਕੱਲੇਗਾ, ਜਾਓ ਜਾ ਕੇ ਤਿਆਰ ਕਰੋ ਜਗ੍ਹਾ, ਅਤੇ ਉਹਨਾਂ ਨੇ ਜਗ੍ਹਾ ਵੀ ਦੱਸਿਆ। ਤੁਸੀਂ ਜਾਂਦੇ ਵਕਤ ਦੇਖੋਗੇ ਪਾਣੀ ਲੈ ਜਾਣ ਵਾਲੇ ਲੋਕ, ਉਹਨਾਂ ਦੇ ਮਗਰ ਚਲੋ ਅਤੇ ਜਿੱਥੇ ਉਹ ਵੜੇਗਾ ਉੱਧਰ ਨੂੰ ਕਹਿ ਦਿਉ ਕਿ ਮੇਰੇ ਗੁਰੂ ਪੁੱਛਦਾ ਹੈ ਕਿ ਪਸਾਹ ਦੀ ਭੋਜਨ ਕਿੱਥੇ ਕਰਨਾ ਹੈ ਤਿਆਰ। ਉਹ ਤੁਹਾਨੂੰ ਦਿਖਾਏਗਾ, ਸਜਾਇਆ ਹੋਇਆ ਤਿਆਰ ਕੀਤਾ ਹੋਇਆ ਕਮਰਾ ਦਿਖਾਏਗਾ, ਉੱਥੇ ਤੁਸੀਂ ਤਿਆਰੀ ਕਰਨਾ। ਅਤੇ ਪ੍ਰਭੂ ਯੇਸ਼ੂ ਮਸੀਹ ਪਸਾਹ ਦੇ ਇਸ ਤਿਉਹਾਰ ਦੇ ਵੇਲੇ, ਇਹ ਸਭ ਕੁਝ ਹੋਣ ਦੇ ਬਾਅਦ ਪ੍ਰਭੂ ਯੇਸ਼ੂ ਨੇ ਰੋਟੀ ਲਿਆ ਅਤੇ ਧੰਨਵਾਦ ਕਰਦੇ ਹੋਏ ਕਿਹਾ, ਤੁਸੀਂ ਇਹ ਸਭ ਲਵੋ ਅਤੇ ਖਾਓ, ਕਿਉਂਕਿ ਇਹ ਮੇਰਾ ਬਦਨ ਹੈ ਜੋ ਤੁਹਾਡੇ ਲਈ ਅਰਪਣ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਉਹ ਪਿਆਲਾ ਲਿਆ, ਧੰਨਵਾਦ ਕਰਕੇ ਕਿਹਾ, ਦੇਖੋ ਇਹ ਨਵੇਂ ਨੇਮ ਦੀ ਖੂਨ ਹੈ, ਬਲੀ ਹੈ, ਲਹੂ ਹੈ, ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ। ਇਹ ਮੇਰਾ ਲਹੂ ਹੈ ਨਵੇਂ ਨੇਮ ਦੀ, ਅਤੇ ਇਸ ਵਿੱਚੋਂ ਤੁਸੀਂ ਲਵੋ ਅਤੇ ਪੀਓ, ਅਤੇ ਮੇਰੀ ਯਾਦ ਵਿੱਚ ਇਸ ਨੂੰ ਕਿਰਿਆ ਕਰੋ। ਇਹਨਾਂ ਸ਼ਬਦਾਂ ਦੇ ਰਾਹੀਂ ਪ੍ਰਭੂ ਯੇਸ਼ੂ ਨੇ ਆਪਣੇ ਆਉਣ ਵਾਲੀ ਕੁਰਬਾਨੀ ਨੂੰ ਬੇਖੂਨੀ ਕੁਰਬਾਨੀ ਦੇ ਤੌਰ 'ਤੇ ਵਿਸ਼ਵਾਸ ਸੰਗਤ ਨੂੰ ਦੇ ਦਿੱਤਾ ਹੈ, ਕਲੀਸਿਆਂ ਨੂੰ ਦੇ ਦਿੱਤਾ ਹੈ। ਜਦੋਂ ਪ੍ਰਭੂ ਯੇਸ਼ੂ ਨੇ ਕਿਹਾ ਤੁਸੀਂ ਮੇਰੀ ਯਾਦ ਵਿੱਚ ਕਿਰਿਆ ਕਰੋ, 12 ਚੇਲਿਆਂ ਨੂੰ ਪ੍ਰਭੂ ਨਵੇਂ ਨੇਮ ਦੀ ਪੁਰੋਹਿਤ ਕਰਕੇ ਅਭਿਸ਼ੇਕ ਕਰਦਾ ਹੈ, ਨਿਯੁਕਤ ਕਰਦਾ ਹੈ, ਅਤੇ ਚੇਲਿਆਂ ਦੇ ਨਾਲ ਮਿਲ ਕੇ, 12 ਚੇਲਿਆਂ ਦੇ ਨਾਲ ਮਿਲ ਕੇ ਪ੍ਰਭੂ ਯੇਸ਼ੂ ਨੇ ਇਹ ਅੱਖੀ ਭੋਜ ਕੀਤਾ ਅਤੇ ਇਹ ਜੋ ਨਵੀਂ ਪਸਾਹ ਦੀ ਜੋ ਭੋਜ ਹੈ, ਕੁਰਬਾਨੀ ਹੈ, ਇਸ ਨੂੰ ਇਸ ਵਿੱਚ ਕੋਈ ਹੋਰ ਲੇਲੇ ਦੀ ਕੁਰਬਾਨੀ ਹੋਇਆ ਨਹੀਂ। ਰੋਟੀ ਅਤੇ ਦਾਖਰਸ ਨੂੰ ਲੈ ਕੇ ਪ੍ਰਭੂ ਨੇ ਉਸ ਨੂੰ ਆਪਣੇ ਹੀ ਸਰੀਰ ਅਤੇ ਲਹੂ ਦੇ ਵਿੱਚ ਤਬਦੀਲ ਕਰਕੇ ਦੇ ਦਿੱਤਾ, ਅਤੇ ਜਿਵੇਂ ਹੀ ਯੂਹੰਨਾ ਦੇ 6 ਬਾਬ ਦੇ ਘਾਟ ਤੋਂ ਲੈ ਕੇ ਜੋ ਯਹੂਦੀ ਲੋਕ ਗੁੱਸੇ ਦੇ ਵਿੱਚ ਆ ਕੇ ਪ੍ਰਭੂ ਯੇਸ਼ੂ ਨੂੰ ਛੱਡ ਕੇ ਗਿਆ ਸੀ, ਕਿਉਂਕਿ ਇਹ ਕਿਹਾ ਸੀ ਕਿ ਮੇਰਾ ਸਰੀਰ ਅਸਲੀ ਭੋਜਨ ਹੈ, ਨਿਸ਼ਾਨੀ ਨਹੀਂ, ਮੇਰਾ ਖੂਨ ਅਸਲੀ ਪੀਣ ਵਾਲੀ ਚੀਜ਼ ਹੈ, ਇਹ ਨਿਸ਼ਾਨ ਨਹੀਂ। ਇਹ ਜੋ ਸੱਚਿਆਈ ਹੈ, ਇਹ ਕਲੀਸਿਆ ਦੀ ਕੇਂਦਰ ਹੈ। ਵਿਸ਼ਵਾਸ ਸੰਗਤ ਪ੍ਰਭੂ ਯੇਸ਼ੂ ਮਸੀਹ ਉੱਤੇ ਜੇਕਰ ਵਿਸ਼ਵਾਸ ਕਰਦਾ ਹੈ ਅਤੇ ਉਹ ਪਵਿੱਤਰ ਵਚਨਾਂ ਉੱਤੇ ਵਿਸ਼ਵਾਸ ਕਰਦਾ ਹੈ, ਬਾਈਬਲ ਉੱਤੇ ਆਧਾਰਿਤ ਜੀਵਨ ਬਿਤਾਉਂਦਾ ਹੈ, ਵਿਸ਼ਵਾਸ ਕਰਦਾ ਹੈ, ਪ੍ਰਭੂ ਯੇਸ਼ੂ ਨੇ ਯੂਹੰਨਾ ਦੇ ਅੰਜੀਲ ਦੇ 6 ਬਾਬ ਦੇ ਵਿੱਚ ਬੜੇ ਜ਼ੋਰ ਦੇ ਕੇ ਕਹਿੰਦਾ ਹੈ। ਅਤੇ ਜਦੋਂ ਲੋਕ ਪ੍ਰਭੂ ਯੇਸ਼ੂ ਨੂੰ ਛੱਡ ਕੇ ਜਾਂਦਾ ਹੈ, ਪ੍ਰਭੂ ਯੇਸ਼ੂ ਉਹ ਸਿੱਖਿਆ ਨੂੰ ਬਦਲਣ ਦੇ ਲਈ ਤਿਆਰ ਨਹੀਂ ਹੁੰਦਾ ਹੈ। ਇਸ ਦੇ ਉਲਟ ਪ੍ਰਭੂ ਇਹ ਪੁੱਛੇਗਾ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ, ਚੇਲਿਆਂ ਨੂੰ ਪੁੱਛਣਗੇ, ਅਤੇ ਪੱਤਰਸ ਜਵਾਬ ਦੇ ਵਿੱਚ ਦੇਵੇਗਾ,
ਪ੍ਰਭੂ ਜੀ ਅਸੀਂ ਕਿਹਦੇ ਕੋਲ ਜਾਈਏ, ਕਿਉਂਕਿ ਤੁਹਾਡੇ ਕੋਲ ਤਾਂ ਜੀਵਨ ਦੇ ਵਚਨ ਹੈ। ਪਿਆਰਿਓ, ਪ੍ਰਭੂ ਯੇਸ਼ੂ ਮਸੀਹ ਨੇ ਸਾਡੇ ਲਈ ਆਖਰੀ ਫੌਜ ਦੇ ਵਿੱਚ ਆਪਣੇ ਆਪ ਨੂੰ ਰੋਟੀ ਅਤੇ ਦਾਖਰਸ ਦੇ ਰੂਪ ਦੇ ਵਿੱਚ ਸਾਨੂੰ ਜੋ ਦਿੱਤਾ ਹੈ, ਇਹ ਹੈ ਪਵਿੱਤਰ ਕੁਰਬਾਨੀ ਜੋ ਕਲੀਸੀਆ ਰਸੂਲਾਂ ਦੇ ਸਮੇਂ ਤੋਂ ਲੈ ਕੇ, ਯਾਨੀ ਬਾਈਬਲ ਲਿਖਤੀ ਰੂਪ ਦੇ ਵਿੱਚ, ਨਵੇਂ ਨੇਮ ਲਿਖਤੀ ਰੂਪ ਦੇ ਵਿੱਚ ਆਉਣ ਤੋਂ ਪਹਿਲਾਂ ਛੇਲੇ ਲੋਕਾਂ ਨੇ ਕਲੀਸੀਆ ਦੇ ਵਿੱਚ ਜੋ ਸ਼ੁਰੂ ਕੀਤਾ ਸੀ। ਰਸੂਲਾਂ ਦੇ ਘਰ ਤੋਂ ਬਤਾਏਗਾ ਕਿ ਹਫ਼ਤੇ ਦੇ ਪਹਿਲੇ ਦਿਨ ਵਿਸ਼ਵਾਸ ਸੰਗਤ ਇਹ ਰਸੂਲਾਂ ਦੇ ਨਾਲ ਮਿਲ ਕੇ ਪ੍ਰਭੂ ਦੇ ਵਚਨ ਸੁਣਦਾ ਸੀ। ਚੇਲੇ ਲੋਕ, ਰਸੂਲ ਲੋਕ ਉਹਨਾਂ ਨੂੰ ਪੁਰਾਣੇ ਨੇਮ ਦੇ ਵਿੱਚੋਂ, ਐਤਾਂ ਵਿੱਚੋਂ ਪ੍ਰਭੂ ਯੇਸ਼ੂ ਦੇ ਬਾਰੇ ਜੋ ਲਿਖਿਆ ਹੈ ਦੱਸਦਾ ਸੀ। ਪ੍ਰਭੂ ਯੇਸ਼ੂ ਮਸੀਹ ਦੇ ਜੀਵਨ ਦੇ ਬਾਰੇ ਉਹ ਚੇਲੇ ਲੋਕ ਉਹਨਾਂ ਨੂੰ ਬਤਾਇਆ ਅਤੇ ਫਿਰ ਫੌਜ ਦੇ ਵਿੱਚ ਉਹਨਾਂ ਨੇ ਭਾਗ ਲਿਆ। ਤੋ ਇਹ ਹੈ ਜੋ ਪਵਿੱਤਰ ਕੁਰਬਾਨੀ ਦੇ ਵਿੱਚ ਅਸੀਂ ਦੁਹਰਾਉਂਦੇ ਹਾਂ। ਅਸੀਂ ਪੁਰਾਣੇ ਨੇਮ ਦੇ ਵਿੱਚੋਂ ਅਤੇ ਨਵੇਂ ਨੇਮ ਦੇ ਵਿੱਚੋਂ ਖੁਦਾ ਦੇ ਬਾਰੇ, ਪ੍ਰਭੂ ਯੇਸ਼ੂ ਦੇ ਬਾਰੇ, ਕੁਰਬਾਨੀ ਦੇ ਬਾਰੇ, ਮਸੀਹੀ ਜੀਵਨ ਦੇ ਬਾਰੇ ਜੋ ਸਾਡੇ ਲਈ ਹੈ ਉਸ ਨੂੰ ਸੁਣਦੇ ਹਾਂ, ਉਸ ਉੱਤੇ ਵਿਚਾਰ ਕਰਦੇ ਹਾਂ। ਪੁਰੋਹਿਤ ਪ੍ਰਵਚਨ ਜੋ ਦਿੰਦੇ ਹਾਂ ਇਸੀ ਕਰਕੇ ਇਸੀ 'ਤੇ ਹੈ। ਉਸਕੇ ਬਾਅਦ ਸਾਡੀਆਂ ਪ੍ਰਾਰਥਨਾਵਾਂ, ਜ਼ਰੂਰਤਾਂ ਖੁਦਾ ਦੇ ਅੱਗੇ ਸਮਰਪਣ ਕਰਕੇ ਫਿਰ ਰੋਟੀ ਅਤੇ ਦਾਖਰਸ ਨੂੰ ਲੈ ਕੇ ਪੁਰੋਹਿਤ ਪ੍ਰਭੂ ਯੇਸ਼ੂ ਦੀ ਉਹ ਪਵਿੱਤਰ ਵਚਨ ਬੋਲੇਗਾ, ਜਿਹਦੇ ਰਾਹੀਂ ਰੋਟੀ ਅਤੇ ਦਾਖਰਸ ਪ੍ਰਭੂ ਯੇਸ਼ੂ ਦੇ ਬਦਨ ਅਤੇ ਲਹੂ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਉਸ ਦੇ ਵਿੱਚ ਸ਼ਰੀਕ ਹੋ ਕੇ ਅਸੀਂ ਮਸੀਹ ਨੂੰ ਸਵੀਕਾਰ ਕਰਦੇ ਹਾਂ, ਜਿਵੇਂ ਸੰਤ ਪੌਲ ਸਾਨੂੰ ਕਹੇਗਾ, ਉਹ ਸਾਨੂੰ ਦੇਖਦਾ ਹੈ, ਸਾਡੇ ਦੇਖਭਾਲ ਕਰਦਾ ਹੈ, ਸਾਡਾ ਪਾਲਣ ਪੋਸ਼ਣ ਕਰਦਾ ਹੈ, ਆਪਣੇ ਬਦਨ ਅਤੇ ਲਹੂ ਦੇ ਨਾਲ ਉਹ ਸਾਡਾ ਪਾਲਣ ਪੋਸ਼ਣ ਕਰਦਾ ਹੈ। ਵਚਨ ਦੇ ਨਾਲ ਸ਼ੁੱਧ ਹੋ ਕੇ, ਤਿਆਰ ਹੋ ਕੇ, ਪ੍ਰਕਾਸ਼ਿਤ ਹੋ ਕੇ ਪ੍ਰਭੂ ਦੇ ਬਦਨ ਅਤੇ ਲਹੂ ਦੇ ਨਾਲ ਉਹ ਆਪਣੇ ਸਰੀਰ ਦੀ ਦੇਖਭਾਲ ਕਰਦਾ, ਦੇਖ ਰੇਖ ਕਰਦਾ। ਤੋ ਅਸੀਂ ਉਸਦੇ ਸਰੀਰ ਹਾਂ, ਇਸੇ ਕਰਕੇ ਉਹ ਇਸ ਤਰ੍ਹਾਂ ਸਾਨੂੰ ਆਪਣਾ ਬਦਨ ਅਤੇ ਲਹੂ ਦੇ ਨਾਲ ਸਾਡਾ ਪਾਲਣ ਪੋਸ਼ਣ ਕਰਦਾ ਹੈ। ਜਿਵੇਂ ਇੱਕ ਮਾਂ ਦੇ ਮਾਸ ਅਤੇ ਖੂਨ ਬੱਚੇ ਦੀ ਪਾਲਣ ਪੋਸ਼ਣ ਦੇ ਲਈ ਉਹ ਦੇ ਦਿੰਦਾ ਹੈ, ਇਸੇ ਤਰ੍ਹਾਂ ਖੁਦਾ ਨੇ ਆਪਣੇ ਬੱਚਿਆਂ ਨੂੰ ਆਪਣਾ ਹੀ ਮਾਸ ਅਤੇ ਖੂਨ ਦੇ ਦਿੰਦੇ ਹਨ। ਇਸੇ ਕਰਕੇ ਇਬਰਾਨੀਆਂ ਦੇ 2:14 ਵਿੱਚ ਕਹੇਗਾ, ਜੇਕਰ ਬੱਚੇ ਹੈ ਤਾਂ ਫਿਰ ਮਾਤਾ ਪਿਤਾ ਦੀ ਖੂਨ ਦੇ ਵਿੱਚ ਉਹਨਾਂ ਦੀ ਮਾਸ ਅਤੇ ਖੂਨ ਦੇ ਵਿੱਚ ਉਹਨਾਂ ਦੀ ਸਾਂਝਾ ਹੈ। ਅਤੇ ਜੇਕਰ ਅਸੀਂ ਖੁਦਾ ਦੇ ਸੰਤਾਨ ਹਾਂ, ਖੁਦਾ ਦੇ ਬੱਚੇ ਹਾਂ, ਤਾਂ ਫਿਰ ਖੁਦਾ ਦਾ ਮਾਸ ਅਤੇ ਖੂਨ ਸਾਡੇ ਵਿੱਚ ਹੋਣਾ ਜ਼ਰੂਰੀ ਹੈ। ਇਹੀ ਕਾਰਨ ਹੈ ਖੁਦਾ ਜੋ ਆਤਮਾ ਸੀ ਉਹ ਮਨੁੱਖ ਬਣਾ ਅਤੇ ਸਰੀਰ ਧਾਰ ਕੇ ਆਪਣਾ ਸਰੀਰ ਸਾਨੂੰ ਦਿੱਤਾ ਹੈ। ਇਸ ਦੇ ਵਿੱਚ ਅਸੀਂ ਅੱਗੇ ਚਲੇਗਾ ਤਾਂ ਸਾਨੂੰ ਇਹ ਵੀ ਪਤਾ ਲੱਗੇਗਾ ਕਿ ਪ੍ਰਭੂ ਨੇ ਜੋ ਰੋਟੀ ਅਤੇ ਦਾਖਰਸ ਸਾਨੂੰ ਪ੍ਰਭੂ ਫੌਜ ਦੇ ਵਿੱਚ ਪਵਿੱਤਰ ਕੁਰਬਾਨੀ ਵਿੱਚ ਦਿੰਦੇ ਹਾਂ, ਉਸਨੂੰ ਜੋ ਕੁਰਬਾਨੀ ਦੇ ਰੂਪ ਦੇ ਵਿੱਚ ਪ੍ਰਭੂ ਨੇ ਦਿੱਤਾ ਹੈ, ਉਸਨੂੰ ਰੋਟੀ ਅਤੇ ਦਾਖਰਸ ਦੇ ਰੂਪ ਦੇ ਵਿੱਚ ਹੀ ਰੱਖ ਛੱਡਿਆ ਹੈ। ਕਿਉਂਕਿ ਯਹੂਦੀਆਂ ਨੇ ਉਸ ਸਮੇਂ ਹੀ ਪੁੱਛਿਆ ਸੀ, ਇਹ ਆਪਣਾ ਮਾਸ ਅਤੇ ਖੂਨ ਸਾਨੂੰ ਕਿਵੇਂ ਦੇ ਸਕਦਾ ਹੈ, ਅਸੀਂ ਕਿਸ ਤਰ੍ਹਾਂ ਇਹ ਖਾ ਸਕਦਾ ਹੈ। ਇਹ ਬਹੁਤ ਕਠੋਰ ਸਿੱਖਿਆ ਹੈ, ਯਾਨੀ ਇਨਸਾਨ ਦੀ ਮਾਸ ਕੈਸੇ ਖਾਏਗਾ,
ਇਨਸਾਨ ਇਨਸਾਨ ਦੀ ਖੂਨ ਕੈਸੇ ਪੀਏਗਾ। ਅਤੇ ਯਿਸੂ ਮਸੀਹ ਕਹਿੰਦਾ ਹੈ ਕਿ ਮੇਰਾ ਮਾਸ ਤੁਹਾਨੂੰ ਖਾਣਾ ਹੀ ਪੜੇਗਾ, ਮੇਰਾ ਖੂਨ ਤੁਹਾਨੂੰ ਪੀਣਾ ਹੀ ਪੜੇਗਾ। ਤੋ ਜੋ ਮਾਸ ਖਾਂਦੇ ਹੀ ਨਹੀਂ ਹੈ, ਕਈ ਹੈ ਜੋ ਮਾਸ ਖਾ ਵੀ ਨਹੀਂ ਸਕਦੇ, ਉਹ ਕਿਵੇਂ ਪ੍ਰਭੂ ਯਿਸੂ ਦਾ ਮਾਸ ਅਤੇ ਖੂਨ ਸਵੀਕਾਰ ਕਰ ਸਕਣਗੇ? ਤੋ ਇਹੀ ਕਾਰਨ ਹੈ ਪ੍ਰਭੂ ਯਿਸੂ ਨੇ ਆਪਣੇ ਬਦਨ ਅਤੇ ਲਹੂ ਨੂੰ ਰੋਟੀ ਅਤੇ ਦਾਖਰਸ ਦੇ ਰੂਪ ਦੇ ਵਿੱਚ ਰੱਖ ਛੱਡਿਆ ਹੈ। ਅਸਲ ਵਿੱਚ ਉਹ ਉਸਦਾ ਬਦਨ ਅਤੇ ਲਹੂ ਹੈ, ਪਰ ਖਾਣ ਵਾਲਿਆਂ ਨੂੰ ਉਹ ਮਾਸ ਅਤੇ ਖੂਨ ਲੱਗਦਾ ਨਹੀਂ, ਸਗੋਂ ਰੋਟੀ ਅਤੇ ਦਾਖਰਸ ਹੀ ਲੱਗਦਾ ਹੈ। ਕਾਰਨ ਇਹ ਹੈ, ਜੇਕਰ ਸੱਚਮੇ ਉਹ ਮਾਸ ਦੇ ਵਿੱਚ ਬਦਲ ਜਾਂਦਾ ਹੈ, ਖੂਨ ਦੇ ਵਿੱਚ ਤਬਦੀਲ ਹੋ ਜਾਂਦਾ ਹੈ, ਫਿਰ ਅਸੀਂ ਉਹ ਨਾ ਖਾ ਪਾਏਗਾ ਨਾ ਪੀ ਪਾਏਗਾ। ਇਹ ਹੈ ਇੱਕ ਦੁੱਗਣਾ ਜੋ ਚਮਤਕਾਰ ਹੈ ਪ੍ਰਭੂ ਨੇ ਜੋ ਕੀਤਾ ਹੈ ਸਾਡੇ ਲਈ। ਉਸਨੇ ਆਪਣੇ ਰੋਟੀ ਨੂੰ ਰੋਟੀ ਹੀ, ਆਪਣੇ ਬਦਨ ਨੂੰ ਰੋਟੀ ਹੀ ਦੇ ਵਿੱਚ ਰਿਹਾ। ਤੋ ਟ੍ਰਾਂਸਬਸਟੈਂਸੀਏਸ਼ਨ ਅਤੇ ਕੌਨਸਬਸਟੈਂਸੀਏਸ਼ਨ ਅਸੀਂ ਇਹਦੇ ਬਾਰੇ ਕਹੇਗਾ। ਇਹ ਸਬਸਟੈਂਸ ਜੋ ਹੈ, ਜੋ ਰੋਟੀ ਦਾ ਜੋ ਸਬਸਟੈਂਸ ਹੈ, ਜੋ ਐਸੈਂਸ ਜਿਹੜੀ ਹੈ, ਉਹ ਉਸੀ ਤਰ੍ਹਾਂ ਰਹਿਣੇ ਦਿੱਤਾ ਜਦਕਿ ਉਹ ਸੱਚਮੇ ਪ੍ਰਭੂ ਯਿਸੂ ਮਸੀਹ ਦਾ ਮਾਸ ਬਣਿਆ। ਇਹਦੇ ਬਾਰੇ ਲੋਕ ਸ਼ੱਕ ਕਰਦੇ ਰਹਿੰਦਾ, ਪਹਿਲੀ ਵਾਰੀ ਨਹੀਂ, ਆਦੀ ਤੋਂ ਲੈ ਕੇ 8ਵੀਂ ਸਦੀ ਦੇ ਵਿੱਚ ਲਾਂਚੀਆਨੋ ਦੇ ਵਿੱਚ ਇਹਦੇ ਬਾਰੇ ਅਸੀਂ ਸੁਣਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਕਿਸ ਤਰੀਕੇ ਦੇ ਨਾਲ ਪੁਰੋਹਿਤ ਕੁਰਬਾਨੀ ਛੱਡਦੇ ਪਵਿੱਤਰ ਵਚਨ ਜਦੋਂ ਬੋਲਾ, ਇਕਦਮ ਉਹ ਰੋਟੀ ਜੋ ਹੈ ਮਾਸ ਦੇ ਵਿੱਚ ਬਦਲ ਗਿਆ। ਪਿਆਲਾ ਦੇ ਵਿੱਚ ਜੋ ਦਾਖਰਸ ਪਿਆ ਸੀ, ਪਵਿੱਤਰ ਵਚਨ ਬੋਲਣ ਦੇ ਬਾਅਦ ਉਹ ਖੂਨ ਦੇ ਵਿੱਚ ਤਬਦੀਲ ਹੋਇਆ, ਅਤੇ ਉਹ ਪੁਰੋਹਿਤ ਉਸਨੂੰ ਖਾ ਨਹੀਂ ਪਾਏ, ਪੀ ਨਹੀਂ ਪਾਏ। ਉਹ ਅੱਜ ਵੀ ਸਾਡੇ ਲਈ ਚੇਤਾਵਨੀ ਦੇ ਤੌਰ 'ਤੇ, ਨਿਸ਼ਾਨੀ ਦੇ ਤੌਰ 'ਤੇ ਅੱਜ ਵੀ ਉੱਥੇ ਸੰਭਾਲ ਕੇ ਰੱਖਿਆ ਹੋਇਆ। ਉਸ ਸਮੇਂ ਤੋਂ ਲੈ ਕੇ ਸਮੇਂ ਸਮੇਂ ਦੇ ਵਿੱਚ ਇਹ ਜੋ ਚਮਤਕਾਰ ਹੈ ਪਾਕਸ਼ਰਾਕਤ ਪਵਿੱਤਰ ਕੁਰਬਾਨੀ ਦੇ ਵੇਲੇ ਤਬਦੀਲ ਹੋ ਕੇ ਮਾਸ ਦੇ ਰੂਪ ਧਾਰਨਾ, ਜਾਂ ਦਾਖਰਸ ਪਿਆਲੇ ਦੇ ਵਿੱਚ ਜੋ ਹੈ ਉਹ ਅਸਲੀ ਖੂਨ ਦੇ ਵਿੱਚ ਬਦਲ ਜਾਣਾ, ਇਹ ਚਮਤਕਾਰ ਸਮੇਂ ਸਮੇਂ ਦੇ ਵਿੱਚ ਵੱਖ ਵੱਖ ਦੇਸ਼ਾਂ ਦੇ ਵਿੱਚ ਕਈ ਵਾਰੀ ਹੋ ਚੁੱਕਾ ਹੈ। ਸਾਡੇ ਭਾਰਤ ਦੇਸ਼ ਵਿੱਚ ਵੀ ਅਸੀਂ ਕਈ ਵਾਰੀ ਇਹ ਚਮਤਕਾਰ ਨੂੰ ਦੇਖੇ ਹਾਂ। ਪਾਕਸ਼ਰਾਕਤ ਸਵੀਕਾਰ ਕਰਨ ਵਾਲੇ ਆਪਣੇ ਜੀਭ 'ਤੇ ਜਦੋਂ ਰੱਖਿਆ ਗਿਆ ਹੈ, ਤਦ ਉਹ ਮਾਸ ਦਾ ਟੁਕੜਾ ਬਣਨ ਦੇ ਕਾਰਨ ਉਹ ਫਿਰ ਉਹ ਖਾ ਨਹੀਂ ਪਾਇਆ, ਅਤੇ ਮੂੰਹ ਖੁੱਲ੍ਹਾ, ਮੂੰਹ ਦੇ ਵਿੱਚ ਜੀਭ ਦੇ ਵਿੱਚ ਮਾਸ ਦੇ ਟੁਕੜਾ ਰਹਿੰਦੇ ਹੋਏ ਆਲੇ ਦੁਆਲੇ ਦੇ ਲੋਕ ਦੇਖਾ, ਕਈਆਂ ਨੇ ਫੋਟੋ ਖਿੱਚੀਆਂ ਪੁਰਾਣੇ ਸਮੇਂ। ਅੱਜ ਕੱਲ੍ਹ ਦੇ ਸਮੇਂ ਵਿੱਚ ਵੀ ਇਹ ਜੋ ਚਮਤਕਾਰ ਜਦੋਂ ਹੁੰਦਾ ਹੈ, ਲੋਕ ਵਟਸਐਪ ਦੇ ਵਿੱਚ ਜਾਂ ਮੋਬਾਈਲ ਦੇ ਵਿੱਚ ਉਸਨੂੰ ਫਿਲਮ ਬਣਾ ਕੇ, ਉਸਦਾ ਫੋਟੋ ਖਿੱਚ ਕੇ ਦਿਖਾਉਂਦੇ ਹਾਂ ਕਿ ਤਾਂ ਕਿ ਜੋ ਅਵਿਸ਼ਵਾਸੀ ਲੋਕ ਹੈ, ਜੋ ਸ਼ੱਕ ਕਰਨ ਵਾਲੇ ਹੈ, ਉਹਨਾਂ ਨੂੰ ਯਕੀਨ ਆਵੇ ਖੁਦਾ ਦੀ ਕਿਤਨਾ ਮਿਹਰ ਹੈ, ਕਿਤਨਾ ਖੁਦਾ ਸਾਡੇ 'ਤੇ
ਇਹ ਸੱਚਿਆਈ ਪ੍ਰਗਟ ਕਰਨਾ ਚਾਹੁੰਦਾ ਹੈ। ਕਿਤਨੇ ਰਹਿਮ ਦਿਲ ਦੇ ਨਾਲ ਉਹ ਇਸੇ ਤਰ੍ਹਾਂ ਦੇ ਚਮਤਕਾਰ ਹੋਣੇ ਦਿੰਦਾ ਹੈ ਤਾਂ ਕਿ ਲੋਕ ਵਿਸ਼ਵਾਸ ਕਰੇ ਕਿ ਸੱਚਮੈਂ ਪ੍ਰਭੂ ਯੇਸ਼ੂ ਜੋ ਵਚਨ ਕਿਹਾ ਸੀ ਯੂਹੰਨਾ ਦੇ ਅੰਜੀਲ ਮੇ 6 ਬਾਬ ਦੇ ਵਿੱਚ, ਮੈਂ ਸੁਰਗ ਤੋਂ ਉਤਰਿਆ ਜੀਵਨ ਦੇਣ ਵਾਲੀ ਰੋਟੀ ਹਾਂ ਅਤੇ ਜੋ ਰੋਟੀ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰਾ ਆਪਣਾ ਬਦਨ ਹੈ, ਜੋ ਪਿਆਲਾ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰਾ ਆਪਣਾ ਖੂਨ ਹੈ। ਜਦੋਂ ਪ੍ਰਭੂ ਯੇਸ਼ੂ ਮਸੀਹ ਇਹ ਬੋਲਾ ਹੈ, ਲੋਕਾਂ ਨੇ ਇਹ ਬੋਲਾ ਕਿ ਇਹ ਬਹੁਤ ਕਠੋਰ ਹੈ, ਕਿਸ ਤਰ੍ਹਾਂ ਆਪਣੇ ਬਦਨ ਸਾਨੂੰ ਖਾਣ ਲਈ ਦੇ ਸਕਦਾ ਹੈ, ਕਿਸ ਤਰ੍ਹਾਂ ਆਪਣੇ ਖੂਨ ਸਾਨੂੰ ਪੀਣ ਲਈ ਦੇ ਸਕਦਾ ਹੈ। ਤੋ ਜਿਵੇਂ ਪ੍ਰਭੂ ਨੇ ਨਿਕੋਦੇਮਸ ਨੂੰ ਕਿਹਾ ਸੀ ਯੂਹੰਨਾ ਦੇ ਅੰਜੀਲ ਦੇ 3 ਬਾਬ ਦੇ 6 ਵਿੱਚ ਕਿਹਾ ਹੈਗਾ, ਦੇਖੋ ਜਦੋਂ ਤੱਕ ਇਨਸਾਨ ਦੁਬਾਰਾ ਜਨਮ ਨਹੀਂ ਲੈਂਦਾ ਹੈ ਉਹ ਸੁਰਗ ਰਾਜ ਵਿੱਚ ਦਾਖਲ ਨਹੀਂ ਹੋ ਸਕਦਾ ਹੈ। ਨਿਕੋਦੇਮਸ ਨੇ ਪੁੱਛਿਆ ਇਹ ਕਿਵੇਂ ਹੋ ਸਕਦਾ ਹੈ, ਕਿਵੇਂ ਇੱਕ ਇਨਸਾਨ ਦੁਬਾਰਾ ਜਨਮ ਲੈ ਸਕਦਾ? ਅਤੇ ਪ੍ਰਭੂ ਨੇ ਕਿਹਾ ਦੇਖੋ ਪਾਣੀ ਅਤੇ ਆਤਮਾ ਦੇ ਨਾਲ ਦੁਬਾਰਾ ਜਨਮ ਲੈਣਾ ਪਵੇਗਾ। ਅਤੇ ਪ੍ਰਭੂ ਯੇਸ਼ੂ ਨੇ ਪਾਣੀ ਦੀ ਬਪਤਿਸਮਾ ਦਿੱਤਾ ਹੈ ਦੁਬਾਰਾ ਜਨਮ ਲੈਣ ਦੇ ਲਈ। ਕਿਵੇਂ ਹੋ ਸਕਦਾ ਹੈ ਇਨਸਾਨ ਕੇ ਸਮਝ ਮੈਂ ਨਹੀਂ ਆਉਂਦਾ, ਪਰ ਖੁਦਾ ਨੇ ਰਾਸਤਾ ਕੱਢ ਕੇ ਰੱਖਾ ਹੈ। ਇਸੇ ਕਰਕੇ ਪ੍ਰਭੂ ਯੇਸ਼ੂ ਨੇ ਇਹ ਸਿੱਖਿਆ ਦਿੱਤਾ ਅਤੇ ਇਹ ਰਾਸਤਾ, ਕਿਉਂਕਿ ਕਿਵੇਂ ਉਹ ਆਪਣਾ ਬਦਨ ਅਤੇ ਲਹੂ, ਉਹ ਵੀ 2000 ਸਾਲ ਬਾਅਦ ਵਿੱਚ, ਹੁਣ ਵੀ ਜਿੰਦਾ ਪ੍ਰਭੂ ਦੇ ਜੀਵਨ ਦਾ ਮਾਸ ਅਤੇ ਖੂਨ ਉਹ ਕੈਸੇ ਸਾਨੂੰ ਦੇ ਸਕਦਾ ਹੈ? ਖੁਦਾ ਦੇ ਲਈ ਕੁਛ ਵੀ ਅਸੰਭਵ ਨਹੀਂ ਹੈ। ਇਸੇ ਕਰਕੇ ਖੁਦਾ ਨੇ ਕਲੀਸਿਆ ਦੀ ਸਥਾਪਨਾ, ਕਲੀਸਿਆ ਦੇ ਵਿੱਚ ਪੁਰੋਹਿਤਾਂ ਦੀ ਸਥਾਪਨਾ, ਪੁਰੋਹਿਤ ਰੰਦ ਰਾਖੀ, ਦੁਨੀਆ ਦੇ ਅੰਤ ਤੱਕ ਪ੍ਰਭੂ ਦੇ ਬਦਨ, ਪ੍ਰਭੂ ਦੇ ਲਹੂ ਅਤੇ ਉਸ ਦੇ ਵਚਨ, ਉਸ ਦੇ ਸਿੱਖਿਆਵਾਂ, ਕਲੀਸਿਆਈ ਜੀਵਨ ਆਗੇ ਲੈ ਚੱਲਣ ਦੇ ਲਈ ਹੀ ਇਹ ਸਭ ਕੁਝ ਪ੍ਰਭੂ ਨੇ ਸਥਾਪਿਤ ਕੀਤਾ ਹੈ। ਤੋ ਇਸ ਦੇ ਰਾਹੀਂ ਪ੍ਰਭੂ ਸਾਨੂੰ ਇਹ ਵੀ ਸਮਝਣਾ ਚਾਹੁੰਦਾ ਹੈ ਕਿ ਸੱਚਮੇ ਅਸੀਂ ਉਹਦੇ ਸਰੀਰ ਹਾਂ। ਅਸੀਂ ਕਈ ਵਾਰੀ ਸੁਣਿਆ ਹੈ ਕਈ ਲੋਕੋਂ ਕੀ, ਕਈ ਸੰਤੋਂ ਨੇ, ਸੰਤ ਫਰਾਂਸਿਸ ਅਸੀਸੀ ਜੋ ਆਪਣੇ 5 ਜ਼ਖਮ ਸਰੀਰ ਦੇ ਵਿੱਚ, ਮਸੀਹ ਦੇ ਜ਼ਖਮਾਂ ਨੂੰ ਆਪਣੇ ਸਰੀਰ ਦੇ ਵਿੱਚ ਉਸਨੇ ਅਪਣਾਇਆ, ਪ੍ਰਭੂ ਨੇ ਉਸਨੂੰ ਜ਼ਖਮ ਦਿੱਤਾ। ਸੰਤ ਪਾਦਰੇ ਪੀਓ ਦੇ ਬਾਰੇ ਅਸੀਂ ਸੁਣਦੇ ਹਾਂ, ਹੋਰ ਵੀ ਕਈ ਸੰਤ ਲੋਕ, ਥੇਰੇਸ ਆਫ ਆਵਿਲਾ ਅਤੇ ਹੋਰ ਵੀ ਕਈ ਸੰਤ ਲੋਕ ਜਿਨ੍ਹਾਂ ਨੇ ਸਟਿਗਮਾਟਾ ਮਿਲਾ ਹੈ, ਯਾਨੀ ਪ੍ਰਭੂ ਯੇਸ਼ੂ ਮਸੀਹ ਦੇ 5 ਜ਼ਖਮ, ਹੱਥਾਂ ਨਾਲ ਕਿੱਲਾਂ ਦੀ ਨਿਸ਼ਾਨੀ, ਵੱਖੀ ਦੇ ਵਿੱਚ ਨੇਜੇ ਦੀ ਨਿਸ਼ਾਨੀ, ਪੈਰਾਂ ਦੇ ਵਿੱਚ ਕਿੱਲਾਂ ਦੀ ਨਿਸ਼ਾਨੀ ਅਤੇ ਸਿਰ 'ਤੇ ਕੰਡਿਆਂ ਦੇ ਤਾਜ ਦੀ ਨਿਸ਼ਾਨੀ, ਇਹ ਸਾਰਾ ਕੁਛ ਪ੍ਰਭੂ ਯੇਸ਼ੂ ਕਈ ਲੋਕਾਂ ਨੂੰ ਅਨੁਭਵ ਹੋਣੇ ਦਿੰਦਾ ਹੈ। ਉਹਨਾਂ ਵਾਸਤੇ ਨਹੀਂ ਅਸਲ ਮੈਂ, ਸਾਡੇ ਲਈ, ਕਿ ਅਸੀਂ ਵਿਸ਼ਵਾਸ ਕਰੇ ਕਿ ਅਸੀਂ ਉਹਦੇ ਸਰੀਰ ਹਾਂ, ਉਹ ਸਾਡਾ ਪਾਲਣ ਪੋਸ਼ਣ ਕਰਦਾ ਹੈ, ਉਹ ਸਾਨੂੰ ਆਪਣਾ ਬਦਨ ਅਤੇ ਲਹੂ ਦਿੰਦਾ ਹੈ। ਇਹ ਸੱਚਿਆਈ ਜਦੋਂ ਅਸੀਂ ਸਵੀਕਾਰ ਕਰੇਗਾ ਫਿਰ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਸਿੱਖਿਆਵਾਂ ਦੇ ਮਗਰ ਤੁਰੇਗਾ ਨਹੀਂ, ਵਿਸ਼ਵਾਸ ਦੀ ਏਕਤਾ ਵੱਲ ਆਵੇਗਾ ਜਿਵੇਂ ਪ੍ਰਭੂ ਚਾਹੁੰਦਾ ਹੈ। ਮੈਂ ਚਾਹੁੰਦਾ ਹਾਂ ਕਿ ਇਹ ਸਭ ਇੱਕ ਹੋ ਜਾਣ। ਵਿਸ਼ਵਾਸ ਦੀ ਜੋ ਕੇਂਦਰ ਹੈ ਪ੍ਰਭੂ ਯੇਸ਼ੂ ਹੀ ਹੈ ਅਤੇ ਉਹ ਪਾਕਸ਼ਰਾਕ ਦੇ ਰੂਪ ਦੇ ਵਿੱਚ ਸਾਡੇ ਕੋਲ ਆਉਂਦਾ ਹੈ। ਤੋ ਇਸੇ ਕਰਕੇ ਅਸੀਂ ਅੱਜ ਇਹ ਜੋ ਗੱਲ ਦੇਖਾਂ ਹੈ,
ਪ੍ਰਭੂ ਯੇਸ਼ੂ ਨੇ ਆਪਣੇ ਆਪ ਨੂੰ ਸਾਡੇ ਲਈ ਸੂਲੀ ਉੱਤੇ ਕੁਰਬਾਨ ਕਰਨ ਤੋਂ ਪਹਿਲਾਂ ਆਖਰੀ ਭੋਜ ਦੇ ਵੇਲੇ ਸਾਡੇ ਲਈ ਆਪਣਾ ਬਦਨ ਅਤੇ ਲਹੂ ਰੋਟੀ ਅਤੇ ਦਾਕਰਸ ਦੇ ਰੂਪ ਵਿੱਚ ਦਿੱਤਾ ਹੈ ਅਤੇ ਇਸ ਨੂੰ ਸਾਡੇ ਤੱਕ ਪਹੁੰਚਾਉਣ ਦੇ ਲਈ ਪੁਰੋਹਿਤ ਦੀ ਨਿਯੁਕਤੀ ਕੀਆ ਅਭਿਸ਼ੇਕ ਕੀਤਾ ਰਸੂਲਾਂ ਨੂੰ ਨਵੇਂ ਨੇਮ ਦੀ ਪੁਰੋਹਿਤ ਵਜੋਂ ਰਸੂਲਾਂ ਨੂੰ ਪ੍ਰਭੂ ਯੇਸ਼ੂ ਨੇ ਨਿਯੁਕਤ ਕਰਕੇ ਕਲੀਸਿਆ ਦੇ ਵਿੱਚ ਵਿਸ਼ਵਾਸ ਸੰਗਤ ਦੀ ਦੇਖਭਾਲ ਕਰਨ ਦੇ ਲਈ ਇਹ ਸਾਕਰਮੈਂਟਾਂ ਦਿੱਤਾ ਸਾਕਰਮੈਂਟਾਂ ਦੇ ਜ਼ਰੀਏ ਕਲੀਸਿਆ ਵਿਸ਼ਵਾਸ ਸੰਗਤ ਦੀ ਦੇਖਭਾਲ ਕਰਦਾ ਹੈ ਯਾਨੀ ਪ੍ਰਭੂ ਯੇਸ਼ੂ ਆਪਣੇ ਸਰੀਰ ਦੀ ਦੇਖਭਾਲ ਕਰਨ ਦੀ ਸਾਰੀ ਤਿਆਰੀ ਕੀਤਾ ਹੈ ਅਤੇ ਉਹਦੇ ਲਈ ਆਪਣਾ ਹੀ ਬਦਨ ਅਤੇ ਲਹੂ ਬੜੇ ਚਮਤਕਾਰੀ ਦੇ ਨਾਲ ਹਰ ਪਵਿੱਤਰ ਕੁਰਬਾਨੀ ਦੇ ਵਿੱਚ ਪ੍ਰਭੂ ਯੇਸ਼ੂ ਸਾਡੇ ਲਈ ਦੇ ਦਿੰਦਾ ਹੈ ਜੋ ਰੋਟੀ ਅਤੇ ਦਾਖਰਸ ਅਸੀਂ ਕੁਰਬਾਨੀ ਦੇ ਵਿੱਚ ਚੜਾਇਆ ਜਾਂਦਾ ਹੈ ਉਹ ਸਾਡੇ ਆਪਣੀ ਜ਼ਿੰਦਗੀ ਦੇ ਨਿਸ਼ਾਨ ਹੈ ਜਦੋਂ ਅਸੀਂ ਉਸਨੂੰ ਖੁਦਾ ਦੇ ਅੱਗੇ ਚੜਾਏਗਾ ਉਹ ਉਸਨੂੰ ਸਵੀਕਾਰ ਕਰਕੇ ਪ੍ਰਭੂ ਨੇ ਆਪਣੇ ਬਦਨ ਦੇ ਅਤੇ ਲਹੂ ਦੇ ਵਿੱਚ ਉਸਨੂੰ ਤਬਦੀਲ ਕਰਕੇ ਸਾਨੂੰ ਵਾਪਸ ਭੋਜਨ ਦੇ ਤੌਰ 'ਤੇ ਦਿੰਦਾ ਹੈ ਤਾਂ ਕਿ ਅਸੀਂ ਮਸੀਹ ਦੇ ਬਦਨ ਅਤੇ ਲਹੂ ਦੇ ਨਾਲ ਆਪਣੇ ਸਰੀਰ ਆਪਣੇ ਆਤਮਾ ਆਪਣੀ ਜ਼ਿੰਦਗੀ ਦਾ ਪਾਲਣ ਪੋਸ਼ਣ ਕਰੀਏ ਇਹ ਖੁਦਾ ਦੇ ਸਾਡੇ ਲਈ ਵੱਡੀ ਮਿਹਰ ਹੈ ਵੱਡੀ ਪਿਆਰ ਹੈ ਪ੍ਰਭੂ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕੀਤਾ ਅਸੀਂ ਉਸ ਦਾ ਧੰਨਵਾਦ ਕਰੀਏ ਯੋਗ ਰੀਤੀ ਨਾਲ ਵਿਸ਼ਵਾਸ ਦੇ ਨਾਲ ਬੇਗੁਨਾਹੀ ਹਾਲਤ ਨਾਲ ਇਸ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ ਕਿਉਂਕਿ ਖੁਦਾ ਪਵਿੱਤਰ ਹੈ ਖੁਦਾ ਦੀ ਆਗਿਆ ਹੈ ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ ਅਤੇ ਪ੍ਰਭੂ ਯੇਸ਼ੂ ਦੇ ਬੰਧਨ ਅਤੇ ਲਹੂ ਸਵੀਕਾਰ ਕਰਨ ਦੇ ਲਈ ਜਿੰਨੇ ਵੀ ਅਸੀਂ ਆਪਣੇ ਆਪ ਨੂੰ ਹਲੀਮ ਬਣਾਈਏ ਆਪਣੇ ਆਪ ਨੂੰ ਸ਼ੁੱਧ ਕਰੀਏ ਕਲੀਸਿਆ ਆਖੇਗਾ ਘੱਟ ਤੋਂ ਘੱਟ ਇੱਕ ਘੰਟਾ ਪਰਹੇਜ਼ ਕਰੀਏ ਖਾਣ ਪੀਣ ਦੀਆਂ ਚੀਜ਼ਾਂ ਤੋਂ ਇਸੇ ਤਰ੍ਹਾਂ ਅਸੀਂ ਪ੍ਰਭੂ ਨੂੰ ਸਵੀਕਾਰ ਕਰਨਾ ਚਾਹੀਦਾ ਆਓ ਅਸੀਂ ਪ੍ਰਾਰਥਨਾ ਕਰੀਏ ਪਿਆਰੇ ਪ੍ਰਭੂ ਅਸੀਂ ਧੰਨਵਾਦ ਅਤੇ ਸ਼ੁਕਰ ਕਰਦੇ ਹਾਂ ਜੋ ਤੂੰ ਆਪਣੇ ਜੀਵਨ ਕਾਲਵਰੀ ਪਹਾੜ ਉੱਤੇ ਚੜਾਇਆ ਹੈ ਉਸ ਤੋਂ ਪਹਿਲਾਂ ਤੂੰ ਸਾਡੇ ਲਈ ਪਵਿੱਤਰ ਕੁਰਬਾਨੀ ਦੀ ਇਹ ਜੋ ਰੀਤ ਹੈ ਇਹ ਜੋ ਸੱਚਿਆਈ ਹੈ ਤੂੰ ਸਾਨੂੰ ਦਿੱਤਾ ਕਲੀਸਿਆ ਦੇ ਰਾਹੀਂ ਅਤੇ ਪਵਿੱਤਰ ਕੁਰਬਾਨੀ ਦੇ ਵਿੱਚ ਜਦੋਂ ਅਸੀਂ ਤੇਰੇ ਬਦਨ ਅਤੇ ਲਹੂ ਸਵੀਕਾਰ ਕਰਦੇ ਹਾਂ ਤੂੰ ਸਾਡੇ ਦਿਲ ਵਿੱਚ ਆ ਕੇ ਸਾਨੂੰ ਆਪਣੇ ਨਾਲ ਜੋੜਦਾ ਹੈ ਕਿ ਅਸੀਂ ਸੱਚਮੇ ਤੇਰੇ ਸਰੀਰ ਦਾ ਹਿੱਸਾ ਬਣ ਕੇ ਤੇਰੇ ਨਾਲ ਜੁੜੇ ਹੋਏ ਜ਼ਿੰਦਗੀ ਇਸ ਸੰਸਾਰ ਦੇ ਵਿੱਚ ਬਿਤਾ ਸਕੀਏ ਅਤੇ ਆਖਰ ਦੇ ਵਿੱਚ ਸੁਰਗੀ ਮਹਿਮਾ ਦੇ ਲਈ ਆਪਣੇ ਆਪ ਨੂੰ ਯੋਗ ਬਣਾ ਦੇਈਏ ਤਿਆਰ ਹੋ ਜਾਈਏ ਪਿਆਰੇ ਪ੍ਰਭੂ ਤੇਰੇ ਵਚਨ ਸੁਣਨ ਵਾਲੇ ਸਭ ਲੋਕਾਂ ਨੂੰ ਵਿਸ਼ਵਾਸ ਦੀ ਦਾਨ ਪ੍ਰਦਾਨ ਕਰ ਤੇਰੀ ਰੋਸ਼ਨੀ ਪ੍ਰਦਾਨ ਕਰ ਤਾਂ ਕਿ ਜੋ ਸੱਚਿਆਈ ਹੈ ਇਸ ਨੂੰ ਠੀਕ ਤਰੀਕੇ ਦੇ ਨਾਲ ਸਮਝ ਕੇ ਸਭ ਲੋਕ ਤੇਰੇ ਤੋਂ ਮਿਲਣ ਵਾਲੀ ਉਸ ਜੀਵਨ ਨੂੰ ਪ੍ਰਾਪਤ ਕਰ ਸਕੇ ਪ੍ਰਭੂ ਜੀ ਹਰੇਕ ਨੂੰ ਉਹਨਾਂ ਦੇ ਜ਼ਰੂਰਤਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਇਹ ਸਭ ਤੇਰੇ ਦੇ ਸੌਂਦੇ ਹਾਂ ਤੂੰ ਹੀ ਸਾਡੇ ਲਈ ਸਾਡੇ ਪਾਪਾਂ ਦੇ ਲਈ ਸਾਡੀਆਂ ਬਿਮਾਰੀਆਂ ਦੇ ਲਈ ਕੁਰਬਾਨ ਹੋਇਆ ਹੈ ਤੇਰੇ ਉਸੇ ਕੁਰਬਾਨੀ ਦੇ ਸਦਕੇ ਸਾਨੂੰ ਇਹਨਾਂ ਸਭ ਦੇ ਵਿੱਚ ਛੁਟਕਾਰਾ ਦੇ ਆਸ਼ੀਸ਼ ਅਤੇ ਬਰਕਤ ਪ੍ਰਦਾਨ ਕਰ ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਅਤੇ ਆਸ਼ੀਸ਼ ਤੁਹਾਡੇ 'ਤੇ ਹੋਵੇ ਅਤੇ ਤੁਹਾਡੇ ਨਾਲ ਰਹੇ ਆਮੇਨ